ਤੇ ਇੱਕ ਬੜੀ ਤਰਾਸ ਦੀ ਵੀ ਹੈ, ਦੁੱਖ ਦੀ ਗੱਲ ਵੀ ਹੈ ਕਿ ਅਸੀਂ ਭਾਵੇਂ ਇਹ ਕਹਿ ਰਹੇ ਹਾਂ ਕਿ ਅਸੀਂ ਦੁਨੀਆਂ ਦੀ ਤੀਜੀ ਅਰਥ ਵਿਵਸਥਾ ਬਣ ਰਹੇ ਹਾਂ, ਪਰ ਜੋ ਪੈਰਿਸ ਦੇ ਵਿੱਚ ਓਲੰਪਿਕ ਖੇਡਾਂ ਹੋਈਆਂ ਉਹਦੇ ਵਿੱਚ ਜਦੋਂ ਉਹਦੀ ਹਾਲਤ ਦੇਖਦੇ ਹਾਂ ਤੇ ਉਹ ਬੜੀ ਤਰਸਯੋਗ ਹਾਲਤਾਂ ਸੀ। ਉਹਨਾਂ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਤਗਮਾ ਜਿੱਤਣ ਵਾਲੇ ਜਿਹੜੇ ਖਿਡਾਰੀ ਆ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ, ਪਰ ਜੋ ਸਾਡੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਉਹਨਾਂ ਨੂੰ ਜੋ ਸਾਜੋ ਸਮਾਨ ਚਾਹੀਦਾ ਉਹ ਪੂਰਾ ਨਹੀਂ ਦਿੱਤਾ ਜਾਂਦਾ। ਸੋ ਇਸੇ ਕਰਕੇ ਜਿਹੜੇ ਹੈਗੇ ਆ 1.5 ਅਰਬ ਦੇ ਵਿੱਚੋਂ ਅਸੀਂ ਇੱਕ ਵੀ ਸੋਨ ਤਗਮਾ ਨਹੀਂ ਲਿਆ ਸਕੇ, ਜਿਹੜੇ ਜਿਹਦੇ ਕਾਰਨ ਇਹੀ ਆ ਕਿ ਪਹਿਲੀ ਗੱਲ ਤਾਂ ਜਿਹੜੀ ਹੈਗੀ ਆ ਹਰ ਪਿੰਡ ਤੀਕਰ ਇਹ ਗੇਮ ਜਾਣੀ ਚਾਹੀਦੀ ਹੈ, ਹਰ ਗੇਮ ਜਿੱਥੇ ਜਿੱਥੇ ਜਿਹੜੀ ਜਿਹੜੀ ਗੇਮ ਜਿਹੜੀ ਹੈਗੀ ਆ ਲੋਕਾਂ ਚ ਪ੍ਰਚਲਿਤ ਆ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਉੱਥੇ ਵੱਧ ਤੋਂ ਵੱਧ ਖੇਡਾਂ ਦਾ ਸਾਜੋ ਸਮਾਨ ਤੇ ਉਹਨਾਂ ਦੀਆਂ ਗਰਾਊਂਡਾਂ ਹੋਣੀਆਂ ਚਾਹੀਦੀਆਂ, ਉਹਨਾਂ ਦੇ ਨਾਲ ਨਾਲ ਕੋਚਿੰਗ ਹੋਣੀ ਚਾਹੀਦੀ ਆ, ਕਿਉਂਕਿ ਜਿਹੜੀ ਹੈ ਆਉਣ ਵਾਲੇ 28 ਦੇ ਵਿੱਚ ਜਿਹੜੀ ਹੈਗੀ ਆ 2028 ਦੇ ਵਿੱਚ ਓਲੰਪਿਕ ਆਉਣੀ ਆ, 32 ਦੇ ਵਿੱਚ ਆਉਣੀ ਆ। ਸੋ ਹੁਣ ਤੋਂ ਤਿਆਰੀਆਂ ਕਰਨ ਦੀ ਲੋੜ ਆ। ਜਦੋਂ ਖਿਡਾਰੀ ਜਿਹੜੇ ਹੈ ਜਿੱਤ ਜਾਂਦੇ ਉਦੋਂ ਤਾਂ ਇਨਾਮ ਦਿੱਤੇ ਜਾਂਦੇ, ਸਨਮਾਨ ਦਿੱਤੇ ਜਾਂਦੇ, ਪਰ ਖਿਡਾਰੀਆਂ ਦੀ ਤਿਆਰੀ ਵਾਸਤੇ ਜੋ ਕਰਨਾ ਚਾਹੀਦਾ ਉਹ ਨਹੀਂ ਹੋ ਰਿਹਾ। ਉਸ ਦੇਖਿਆ ਕਿ ਅਸੀਂ ਵੱਖ ਵੱਖ ਸਟੇਟਾਂ ਨੂੰ ਜਿਹਨਾਂ ਨੂੰ 650 ਕਰੋੜ ਰੁਪਇਆ ਜਿਹੜਾ ਹੈਗਾ ਇੱਕ ਇੱਕ ਸਟੇਟ ਨੂੰ ਦਿੱਤਾ, ਜਿਹਨਾਂ ਨੂੰ ਉਹਨਾਂ ਦੇ ਸਿਰਫ ਇੱਕ ਦੋ ਖਿਡਾਰੀ ਜਿਹੜੇ ਉੱਥੇ ਪਹੁੰਚੇ। ਪੰਜਾਬ ਦੇ ਵਿੱਚ 17 ਤੋਂ ਵੱਧ ਖਿਡਾਰੀ ਜਿਹੜੇ ਹੈਗੇ ਆ ਉਹ ਇਹਦੇ ਓਲੰਪਿਕ ਦੇ ਵਿੱਚ ਗਏ, ਪਰ ਇਹਨਾਂ ਨੂੰ ਪੰਜਾਬ ਨੂੰ ਪੈਸਾ ਕਿੰਨਾ ਦਿੱਤਾ? ਸਿਰਫ 65 ਕਰੋੜ। ਸੋ ਇਸ ਵਾਸਤੇ ਜਿਹੜਾ ਹੈ ਇਹ ਵਿਤਕਰਾਰੀ ਚਾਹੀਦਾ, ਕਿਉਂਕਿ ਖਿਡਾਰੀ ਜਿਹੜੇ ਹੈਗੇ ਆ ਇਹਨਾਂ ਨੇ ਦੇਸ਼ ਕੌਮ ਵਾਸਤੇ ਦੁਨੀਆਂ ਦੇ ਵਿੱਚ ਇਹਨਾਂ ਨੇ ਨਾਮ ਰੋਸ਼ਨ ਕਰਨਾ ਹੁੰਦਾ। ਜਿੱਥੇ ਵੀ ਖਿਡਾਰੀਆਂ ਦੀ ਨਰਸਰੀ ਆ ਉਹਨਾਂ ਨੇ ਵੱਧ ਤੋਂ ਵੱਧ ਜਿਹੜਾ ਹੈਗਾ ਉਤਸ਼ਾਹਿਤ ਕਰਨਾ ਚਾਹੀਦਾ। ਅਸੀਂ ਬਹੁਤ ਹਥਿਆਰਾਂ ਮਾਰੂ ਹਥਿਆਰਾਂ ਦੇ ਨਾਲ ਕਿਸੇ ਮੁਲਕ ਦੇ ਉੱਤੇ ਜਿੱਤ ਪ੍ਰਾਪਤ ਨਹੀਂ ਕਰ ਸਕਦੇ, ਪਰ ਗਰਾਊਂਡ ਦੇ ਵਿੱਚ ਅਸੀਂ ਉਹਨਾਂ ਮੁਲਕਾਂ ਨੂੰ ਵੀ ਹਰਾ ਸਕਦੇ ਹਾਂ ਜਿਹਨਾਂ ਦੇ ਅਸੀਂ ਨੇੜੇ ਤੇੜੇ ਵੀ ਨਹੀਂ। ਸੋ ਇਸ ਵਾਸਤੇ ਸਾਨੂੰ ਚਾਹੀਦਾ ਹੈਗਾ ਉਹ ਜਜ਼ਬਾ ਸਾਡੇ ਖਿਡਾਰੀਆਂ ਵਿੱਚ ਪੈਦਾ ਤਾਂ ਹੀ ਹੋ ਸਕਦਾ ਜੇਕਰ ਉਹਨਾਂ ਨੂੰ ਉੱਚ ਪੱਧਰੀ ਮਿਆਰ ਦੀਆਂ ਦੁਨੀਆਂ ਦੇ ਪੱਧਰ ਦੀਆਂ ਜਿਹੜੀਆਂ ਉਹ ਗਰਾਊਂਡਾਂ ਦਿੱਤੀਆਂ ਜਾਣ, ਉਹਨਾਂ ਨੂੰ ਕੋਚ ਦਿੱਤੇ ਜਾਣ ਤੇ ਉਹਨਾਂ ਦੀ ਹਰ ਤਰ੍ਹਾਂ ਦੇ ਨਾਲ ਮਦਦ ਕੀਤੀ ਜਾਵੇ। ਸਿਹਤ ਪੱਖੋਂ ਵੀ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਹੈ ਉਹਨਾਂ ਖਿਡਾਰੀਆਂ ਨੂੰ ਮਾਲੀ ਮਦਦ ਕੀਤੀ ਜਾਵੇ ਤਾਂ ਕਿ ਉਹ ਆਪਣੀ ਖੇਡ ਦਾ ਵੀ ਖਿਆਲ ਰੱਖਣ ਤੇ ਬਹੁਤ ਵੱਡੀ ਅੱਜ ਲੋੜ ਆ, ਕਿਉਂਕਿ ਸਾਡੇ ਬੱਚੇ ਜਿਹੜੇ ਨਸ਼ੇ ਵੱਲ ਨੂੰ ਜਾ ਰਹੇ ਆ ਉਹਦਾ ਕਾਰਨ ਹੀ ਇਹੀ ਆ ਕਿ ਸਾਡੇ ਜਿਸ ਪਾਸੇ ਜਾਣੇ ਚਾਹੀਦੇ ਆ ਖੇਡਾਂ ਵੱਲੋਂ ਉਧਰ ਉਹਨਾਂ ਉਤਸ਼ਾਹ ਨਹੀਂ, ਉਧਰ ਉਹ ਜਿਹੜੇ ਹੈ ਬੱਚੇ ਨਿਰਾਸ਼ ਹੋ ਕੇ ਜਿਹੜਾ ਹੈ ਨਸ਼ਿਆਂ ਵੱਲ ਨੂੰ ਜਾ ਰਹੇ ਜਾਂ ਮਾੜੀ ਸੰਗਤ ਵੱਲ ਜਾ ਰਹੇ ਆ। ਸਾਨੂੰ ਚਾਹੀਦਾ ਸਰਕਾਰਾਂ ਨੂੰ ਇਹਦੇ ਵਾਸਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ। ਬਾਬਾ ਜੀ, ਪਰ ਪੰਜਾਬ ਸਰਕਾਰ ਦੀ ਵੀ ਕੋਈ ਗੰਭੀਰਤਾ ਦਿਖਾਈ ਨਹੀਂ ਦਿੰਦੀ ਖੇਡਾਂ ਪ੍ਰਤੀ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਕੋਲ ਸਪੋਰਟਸ ਮਿਨਿਸਟਰ ਤੱਕ ਨਹੀਂ ਹੈਗਾ। ਨਹੀਂ ਜਿਹੜੀ ਹੈਗੀ ਪੰਜਾਬ ਦੇ ਵਿੱਚ ਤਾਂ ਕਾਫੀ ਜਿਹੜੇ ਬੱਚੇ ਜ਼ਿਆਦਾ ਜਿਹੜੇ ਹੈਗੇ ਉਹ ਪੰਜਾਬ ਤੋਂ ਹੀ ਗਏ ਆ। ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਖੇਡਾਂ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ, ਇਹਨਾਂ ਦੇ ਨਾਲ ਕਾਫੀ ਜਿਹੜਾ ਹੈਗਾ ਬੱਚੇ ਉਤਸ਼ਾਹਿਤ ਹੋਏ ਆ, ਨਗਦ ਇਨਾਮ ਵੀ ਦਿੱਤੇ ਜਾ ਰਹੇ ਆ। ਸੋ ਇੱਕ ਦਿਨ ਦੇ ਵਿੱਚ ਇਹ ਸਾਰਾ ਕੁਛ ਨਹੀਂ ਹੁੰਦਾ, ਸਾਨੂੰ ਇਹ ਰੈਗੂਲਰ ਬਣਾਉਣਾ ਚਾਹੀਦਾ। ਸਰਕਾਰ ਕੋਈ ਵੀ ਆਵੇ ਚਾਹੇ ਸਟੇਟ ਆ ਚਾਹੇ ਸੈਂਟਰ ਦੀ ਆ, ਸਾਨੂੰ ਵੱਧ ਤੋਂ ਵੱਧ ਇਹਨਾਂ ਨੂੰ ਜੇ ਅਸੀਂ ਚਾਹੁੰਦੇ ਹਾਂ ਕਿ ਉਜਲਾ ਭਵਿੱਖ ਸਾਡੇ ਦੇਸ਼ ਦਾ ਹੋਣਾ ਉਹ ਸਾਡੇ ਆਉਣ ਵਾਲੇ ਬੱਚਿਆਂ ਨੇ ਹੀ ਕਰਨਾ, ਉਹਨਾਂ ਦੀ ਬਚਪਨ ਤੋਂ ਲੈ ਕੇ ਟ੍ਰੇਨਿੰਗ ਤੋਂ ਲੈ ਕੇ ਉਹਨਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਤਿਆਰੀ ਜਿਹੜੀ ਹੈਗੀ ਆ ਹਰ ਤਰ੍ਹਾਂ ਦੇ ਨਾਲ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਅੱਗੇ ਵੱਧ ਸਕਦੇ।